ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਸਾਰਿਆਂ ਦਾ। ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵੋਗੇ। ਅੱਜ ਦੀ ਸ਼ੂਟ ਬਹੁਤ ਹੀ ਐਕਸਾਈਟਿਡ ਅਤੇ ਬਹੁਤ ਹੀ ਵਧੀਆ ਹੋਣ ਵਾਲੀ ਹੈ, ਕਿਉਂਕਿ ਕਰੋਮ ਅਸੈਸਰੀ ਟਰੈਕਟਰ ਨੂੰ ਜਿੱਥੋਂ ਵੀ ਲੱਗਦੀ ਹੈ ਨਾ, ਤੁਹਾਡੇ ਕੋਲ ਅੱਜ ਹੋਲਸੇਲ ਰੇਟ 'ਤੇ ਲੈ ਕੇ ਆਏ ਹਾਂ। ਔਰ ਇੰਨੀ ਕੁ ਵਰਾਇਟੀ ਭਰਾ ਕੋਲ, ਦਿਲ ਖੁਸ਼ ਹੋ ਗਿਆ। ਅੱਜ ਜੇ ਮੈਂ ਟਰੈਕਟਰ ਦੀਆਂ ਵੀਡੀਓ ਸ਼ੂਟ ਕਰਦਾ ਨਾ, ਅਤੇ ਮਜ਼ਾ ਆ ਗਿਆ ਕਿ ਜਿੱਥੇ ਮੈਂ ਪਹੁੰਚ ਚੁੱਕਾ ਵਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ, ਕਿ ਤੁਸੀਂ ਭਾਅ ਜੀ ਦਾ ਨੰਬਰ ਅਤੇ ਐਡਰੈਸ ਸਾਰਾ ਕੁਝ ਡਿਟੇਲ 'ਚ ਦੱਸੂੰਗਾ ਵੀਡੀਓ ਦੇ ਐਂਡ ਤੱਕ। ਵੀਡੀਓ ਨੂੰ ਜ਼ਰੂਰ ਦੇਖਿਓ, ਕਿਉਂਕਿ ਇੱਕ ਵੀ ਚੀਜ਼ ਅੱਜ ਮਿਸ ਕਰਨ ਵਾਲੀ ਨਹੀਂ ਹੈਗੀ, ਕਿਉਂਕਿ ਵਰਾਇਟੀ ਹੈਗੀ ਆ ਬਹੁਤ ਸਾਰੀ। ਤੁਸੀਂ ਚੈੱਕ ਕਰ ਸਕਦੇ ਹੋ ਸਪਿਨਰ ਦੇ ਡਿਜ਼ਾਈਨ, ਸਟਾਰਟ ਕਰਦੇ ਹਾਂ ਸਪਿਨਰਸ ਤੋਂ ਹੀ ਯਾਰ, ਕਿ ਵਰਾਇਟੀ ਭਰਾ ਮੇਰੇ ਨੇ ਇੰਨੀ ਜ਼ਬਰਦਸਤ ਔਰ ਇੰਨੀ ਸਜਾ ਕੇ ਔਰ ਇੰਨੀ ਵਧੀਆ ਰੱਖੀ, ਤੁਸੀਂ ਸਾਰੇ ਦੇਖ ਸਕਦੇ ਹੋ। ਇੱਕ ਨਵਾਂ ਡਿਜ਼ਾਈਨ ਬਹੁਤ ਹੀ ਪਿਆਰਾ ਲਾਂਚ ਕੀਤਾ ਮੇਰੇ ਭਰਾ ਨੇ। ਥੋੜ੍ਹਾ ਜਿਹਾ ਮੈਂ ਅੱਗੇ ਆਉਣ ਨੂੰ ਕਹੂੰਗਾ ਕੈਮਰਾਮੈਨ ਨੂੰ, ਕੈਮਰਾ ਥੋੜ੍ਹਾ ਜਿਹਾ ਵੀਰਾ ਮੇਰਾ ਇੱਥੇ ਦਿਖਾਊਗਾ, ਦੇਖ ਸਕਦੇ ਹੋ ਜੀ। ਇਹ ਅੱਜ ਪਹਿਲੀ ਵਾਰੀ ਇਹ ਡਿਜ਼ਾਈਨ ਮੋਡੀਫਾਈਡ ਕਲੱਬ 'ਤੇ ਲਾਂਚ ਹੋ ਰਿਹਾ, ਸਹੀ ਕਹਿ ਰਹੇ ਹਾਂ ਭਾਅ ਜੀ? ਅੱਜ ਫਸਟ ਡਿਜ਼ਾਈਨ ਪਹਿਲੀ ਵਾਰ ਤੁਹਾਡੇ ਲਈ। AKM ਵਾਲੇ ਵੀ ਤੁਸੀਂ ਦੇਖ ਲਏ, ਕੈਨੇਡਾ ਵਾਲੇ ਵੀ ਤੁਸੀਂ ਦੇਖ ਲਏ, ਸਭ ਕੁਝ ਤੁਸੀਂ ਦੇਖ ਲਿਆ, ਬਟ ਫਸਟ ਟਾਈਮ ਸਪਾਈਡਰ ਤੁਹਾਡੇ ਵਾਸਤੇ ਅਮੇਜ਼ਿੰਗ ਲੁੱਕ ਦੇ ਵਿੱਚ। ਵੀਰ ਮੇਰਾ ਹਜੇ ਜਸਟ ਟਰੈਕਟਰ ਨੂੰ ਫਿੱਟ ਕਰ ਰਿਹਾ, ਇੱਕ ਪੀਸ ਫਿੱਟ ਹੋਇਆ, ਦੂਸਰਾ ਨਹੀਂ ਹੋਇਆ ਹਲੇ। ਮੈਂ ਤੁਹਾਨੂੰ ਦਿਖਾਉਣਾ ਟਰੈਕਟਰ ਨੂੰ ਫਿੱਟ ਹੋਇਆ ਵੀ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਬਹੁਤ ਸਾਰੀ ਇਨਫੋਰਮੇਸ਼ਨ ਹੈ। ਇਕੱਲੇ ਇਕੱਲੇ ਸਪਿਨਰ ਤੁਹਾਨੂੰ ਦੇਖ ਸਕਦੇ ਹੋ, ਬਹੁਤ ਸਾਰੇ ਡਿਜ਼ਾਈਨ। ਇਸ ਤੋਂ ਇਲਾਵਾ ਜੇ ਤੁਹਾਡੀ ਚੋਇਸ ਦਾ ਤੁਹਾਨੂੰ ਕੋਈ ਡਿਜ਼ਾਈਨ ਚਾਹੀਦਾ ਤਾਂ ਤੁਸੀਂ ਵੀਰਾਂ ਨਾਲ ਡਿਸਕਸ ਕਰ ਸਕਦੇ ਹੋ, ਉਹ ਵੀ ਬਣ ਜਾਏਗਾ। ਹਾਂਜੀ ਹਾਂਜੀ ਭਾਅ ਜੀ, ਹੋ ਜੂਗਾ। ਆਪਣਾ ਨੰਬਰ ਬੋਲ ਦਿਓ ਜਲਦੀ ਜਲਦੀ। ਆਪਣਾ ਨੰਬਰ 9573561 85, ਦੂਜਾ ਹੈਗਾ ਜੀ 7888-09050 ਰੁਪਿਆ। ਅਤੇ ਨੰਬਰ ਤੁਸੀਂ ਸੁਣ ਵੀ ਲਿਆ ਅਤੇ ਫਲੈਸ਼ ਹੁੰਦਾ ਵੀ ਨਜ਼ਰ ਆ ਰਿਹਾ ਹੋਏਗਾ, ਕਾਲ ਕਰ ਲਓ ਭਰਾ ਨੂੰ। ਕਰੋਮ ਦੀ ਸਾਰੀ ਅਸੈਸਰੀ, ਇਹ ਸਿਰਫ ਸਪਿਨਰ ਸੀਗੇ, ਇਸ ਤੋਂ ਬਾਅਦ ਮੈਂ ਅੱਗੇ ਨਜ਼ਰ ਮਰਵਾਉਣਾ ਤੁਹਾਨੂੰ। ਤੁਸੀਂ ਚੈੱਕ ਕਰ ਸਕਦੇ ਹੋ ਫੋਰਡ ਦੀ ਫਰੰਟ ਜਾਲੀ, ਫੋਰਡ ਦੀ ਫਰੰਟ ਜਾਲੀ ਸਪਾਈਡਰ ਦੇ ਵਿੱਚ ਅਤੇ ਨੁਕਰਾ ਦੇ ਵਿੱਚ, ਮਤਲਬ ਘੋੜੇ ਦੇ ਵਿੱਚ। ਅਤੇ ਉਸ ਤੋਂ ਬਾਅਦ ਅਤੇ ਤਿੰਨ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ, ਉੱਥੇ ਪਏ ਨੇ ਫਰੰਟ ਜਾਲੀ ਵਾਸਤੇ ਤੁਹਾਨੂੰ। ਇਹ ਤਿੰਨੋਂ ਦੇ ਤਿੰਨੋਂ ਡਿਜ਼ਾਈਨ ਇੱਕ ਵਾਰੀ ਫਿਰ ਨਜ਼ਰ ਮਾਰੋ ਜੀ। ਲਓ ਜੀ ਚੈੱਕ ਕਰੋ, 1, 2 ਅਤੇ ਮਹਾਰਾਜ 3, ਤਿੰਨ ਡਿਜ਼ਾਈਨ ਹੈ। ਪਰ ਇਹ ਸਕਾਰਪੀਓ ਜਿਹੜਾ ਇਹ ਬਣਾਇਆ, ਇਹ ਕਿੱਥੇ ਕੰਮ ਆਉਂਦਾ? ਇਹ ਬੰਪਰ 'ਤੇ ਲਾਉਣ ਲਈ। ਭਾਅ ਜੀ ਜੇ ਮੈਂ ਕੀਮਤ ਦੀ ਗੱਲ ਕਰਾਂ ਤਾਂ ਕਿੰਨੇ ਕੁ ਦਾ ਮਿਲ ਜਾਂਦਾ ਆਪਾਂ ਨੂੰ? ਇਹ ਭਾਅ ਜੀ ਹੋਊਗਾ ਤਕਰੀਬਨ 2000 ਦੇ ਵਿੱਚ। 2000 ਦੇ ਵਿੱਚ ਵਿੱਚ। ਜੇ ਭਾਅ ਜੀ ਮੈਂ ਛੋਟੀ ਜਿਹੀ ਆਪਣੀ ਗੱਲ ਕਰੀਏ ਸਪਿਨਰ ਬਾਰੇ, ਜੇ ਆਪਾਂ ਨਵਾਂ ਡਿਜ਼ਾਈਨ ਹੀ ਲਾਂਚ ਕੀਤਾ ਤਾਂ ਇਹਦੇ ਰੇਟ ਬਾਰੇ ਆਪਾਂ ਕੁਝ ਜਾਣਕਾਰੀ ਦੇ ਸਕਦੇ ਹਾਂ? ਭਾਅ ਜੀ ਰੇਟ ਹੋਊਗਾ 16,500 ਹੀ ਹੋਊਗਾ ਜੀ। 16,500 ਰੁਪਇਆ। ਇਹ ਚੈੱਕ ਕਰ ਸਕਦੇ ਹੋ ਤੁਸੀਂ, ਬਹੁਤ ਹੀ ਅਮੇਜ਼ਿੰਗ ਡਿਜ਼ਾਈਨ। ਕਿਹਨੂੰ ਕਿਹਨੂੰ ਪਸੰਦ ਆਇਆ? ਜੇ ਇਹ ਨਹੀਂ ਪਸੰਦ ਆਇਆ ਤਾਂ ਹੋਰ ਕਿਹੜਾ ਪਸੰਦ ਆਇਆ ਜ਼ਰੂਰ ਕਮੈਂਟ ਕਰਕੇ ਦੱਸਿਓ। ਸਾਰੀ ਵਾਲ ਤੁਹਾਡੇ ਵਾਸਤੇ ਹੈ, ਦੇਖ ਸਕਦੇ ਹੋ ਤੁਸੀਂ। ਬਹੁਤ ਹੀ ਅਮੇਜ਼ਿੰਗ ਸ਼ੂਟ ਹੈ ਅੱਜ ਦਾ, ਔਰ ਉਮੀਦ ਕਰੂੰਗਾ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦਿਓਗੇ, ਕਿਉਂਕਿ ਇਹ ਵੀਡੀਓ ਜਿਹੜੀ ਹੈ ਨਾ, ਅੱਜ ਦਿਲੋਂ ਖੁਸ਼ੀ ਹੋਈ ਹੈ ਮੈਨੂੰ ਵੀ ਇਹ ਸ਼ੂਟ ਕਰਦੇ ਹੋਏ। ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸਾਈਡ ਹੈਂਡਲ ਜਿਹੜੇ ਸਟੇਨਲੈਸ ਸਟੀਲ ਵਾਲੇ, ਉਹ ਵੀ ਵੀਰ ਮੇਰੇ ਕੋਲ ਸਾਰੇ ਅਵੇਲੇਬਲ ਹੈ, ਸਾਰਾ ਕੁਝ ਅਵੇਲੇਬਲ ਹੈ। ਬਾਰ ਲਾਈਟਸ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ, ਛੋਟੀਆਂ ਵਾਲੀਆਂ ਲਾਈਟਸ ਵੀ ਅਵੇਲੇਬਲ ਹੈ, ਵੱਡੀਆਂ ਬਾਰ ਲਾਈਟਸ ਵੀ ਅਵੇਲੇਬਲ ਹੈ, ਸਾਰਾ ਕੁਝ ਇੱਥੇ ਮਿਲ ਜਾਣਾ ਤੁਹਾਨੂੰ। ਇਸ ਤੋਂ ਰੂਟਸ ਅਤੇ ਹੋਰਨ ਦੇ ਢੇਰ ਲੱਗੇ ਆ, ਤੁਸੀਂ ਉਹ ਵੀ ਦੇਖ ਸਕਦੇ ਹੋ। ਇਹ ਦੇਖੋ ਜੀ, ਛੋਟੀ ਛੋਟੀ ਅਸੈਸਰੀ, 855 ਘੋੜਾ, ਮਤਲਬ ਜੋ ਵੀ ਤੁਸੀਂ ਬਣਵਾਉਣਾ ਚਾਹੁੰਦੇ ਹੋ, AKM ਕੁਛ ਵੀ ਬਣਵਾਉਣਾ ਚਾਹੁੰਦੇ ਹੋ। ਇਹਨੂੰ ਮੈਂ ਥੋੜ੍ਹਾ ਜਿਹਾ ਹਟਾਉਣਾ ਅਤੇ ਤੁਸੀਂ ਇਹ, ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕ ਪਸੰਦ ਕਰ ਰਹੇ ਆ ਪਬਜੀ ਦੀ AKM ਅਤੇ AK-47 ਕਹਿ ਲਈਏ, ਇਹਨੂੰ ਬਹੁਤ ਪਸੰਦ ਕਰ ਰਹੇ ਲੋਕ ਅੱਜ ਕੱਲ੍ਹ। HAD ਲਾਈਟਸ ਇੱਥੇ ਪਈਆਂ ਨੇ। ਉਸ ਤੋਂ ਬਾਅਦ ਬੈਕ ਸਾਈਡ ਜਿਹੜੇ ਦੇਖ ਸਕਦੇ ਹੋ ਤੁਸੀਂ, ਜਿਹੜੇ ਕੜੇ ਦੇ ਉੱਤੇ ਜਿਹੜੇ ਬੈਕ ਸਾਈਡ ਲੱਗਦੀ ਹੈ, ਉਹ ਵੀ ਕਰੋਮ ਕੀਤੇ ਗਏ ਬੈਕ ਸਾਈਡ ਵਾਲੇ ਰਿਮ, ਰੇਅਰ ਰਿਮ। ਇਹ ਵੀ ਤੁਸੀਂ ਸਾਰੇ ਚੈੱਕ ਕਰ ਸਕਦੇ ਹੋ, ਅਲੱਗ ਅਲੱਗ ਡਿਜ਼ਾਈਨ ਦੇ ਵਿੱਚ ਅਤੇ ਅਲੱਗ ਅਲੱਗ ਫਿਨਿਸ਼ ਦੇ ਵਿੱਚ। ਫਿਨਿਸ਼ ਬਹੁਤ ਪਿਆਰੀ ਹੈ, ਬਿਲਕੁਲ ਸ਼ੀਸ਼ਾ, ਕਰੋਮ ਦੀ ਕੁਆਲਿਟੀ ਨੰਬਰ 1 ਹੈ। ਭਾਅ ਜੀ ਇਹਦੀ ਕਰੋਮ ਦੀ ਕੋਈ ਗਰੰਟੀ ਗਰੁੰਟੀ ਵੀ ਦਿੰਦੇ ਆਪਾਂ? ਹਾਂਜੀ ਹਾਂਜੀ ਭਾਅ ਜੀ, 6 ਮਹੀਨੇ ਦੀ ਫੁੱਲ ਗਰੰਟੀ ਆ ਭਾਅ ਜੀ, ਕੁਛ ਵੀ ਹੋਵੇ, ਜੰਗਾਲ ਵੀ ਪੈ ਜਾਏ ਤਾਂ ਵੀ ਭਾਅ ਜੀ ਆਪਣੇ ਹੀ। 6 ਮਹੀਨੇ 'ਚ ਜੇ ਕੋਈ ਜੰਗਾਲ ਵੀ ਪੈ ਜਾਏ ਤਾਂ ਬਦਲਿਆ ਜਾਊਗਾ? ਹਾਂਜੀ ਹਾਂਜੀ ਭਾਅ ਜੀ, ਨਵਾਂ ਪੀਸ ਦਿਓਗੇ ਅਤੇ ਬਹੁਤ ਹੀ ਵਧੀਆ ਕੰਮ। ਅਤੇ ਉਸ ਤੋਂ ਬਾਅਦ ਛੋਟੇ ਛੋਟੇ ਦੇਖ ਸਕਦੇ ਹੋ ਤੁਸੀਂ, ਇਹ ਸਾਰਾ ਕੁਛ ਅਸੈਸਰੀ ਦਾ ਕੰਮ, ਸਾਰਾ ਦਾ ਸਾਰਾ ਤੁਹਾਨੂੰ ਇੱਥੇ ਮਿਲਣ ਵਾਲਾ। ਅਤੇ ਉਹ ਚੈੱਕ ਕਰੋ ਜੀ ਭਾਅ ਜੀ, ਇਹ ਭਾਅ ਜੀ ਨਵੀਂ ਨਵੀਂ ਕਾਰਡ ਕੱਢੀ ਹੈ। ਹਾਂਜੀ ਹਾਂਜੀ ਭਾਅ ਜੀ, ਅਤੇ ਬਹੁਤ ਹੀ ਅਮੇਜ਼ਿੰਗ ਕੰਮ। ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਥੋੜ੍ਹਾ ਜਿਹਾ ਇਸ ਸਾਈਡ 'ਤੇ ਜਾਣਾ, ਜਿਹੜੇ ਤੁਸੀਂ ਐਂਗਲ ਲਗਵਾਉਂਦੇ ਹੋ ਸਿਸਟਮ ਲਗਵਾਉਣ ਵਾਸਤੇ, ਵੱਡੇ ਤੋਂ ਵੱਡਾ ਤੁਹਾਨੂੰ ਸਾਰਾ ਇੱਥੇ ਮਿਲ ਜਾਏਗਾ। ਜੇ ਇਸ ਤੋਂ ਵੱਡੇ ਵੀ ਚਾਹੀਦੇ ਆ ਤਾਂ ਉਹ ਵੀ ਭਰਾ ਬਣਵਾ ਦੂਗਾ, ਬਿਲਕੁਲ ਸਹੀ ਗੱਲ ਆ। ਅਤੇ ਉਸ ਤੋਂ ਬਾਅਦ ਤੁਸੀਂ ਇਹ ਡਾਊਨ ਸੀਲਿੰਗ ਦਾ ਕੰਮ ਦੇਖ ਸਕਦੇ ਹੋ, ਸੰਤ ਜੀ ਦੀ ਫੋਟੋ ਲੱਗੀ ਹੈ ਨਾਲ, ਅਤੇ ਬਿਲਕੁਲ ਅਮੇਜ਼ਿੰਗ, ਮਤਲਬ ਕੰਮ ਸਾਰਾ A-to-Z ਇੱਥੇ ਹੋ ਜਾਣਾ। ਸਟੇਅਰਿੰਗ ਦੀਆਂ ਕੁਆਲਿਟੀਜ਼ ਦੇਖ ਸਕਦੇ ਹੋ ਤੁਸੀਂ, ਇਹ ਸਕੇਅਰ ਵਾਲਾ ਦੇਖ ਸਕਦੇ ਹੋ, ਸੰਗਲ ਵਾਲਾ, ਚੇਨ ਵਾਲਾ ਦੇਖ ਸਕਦੇ ਹੋ, ਮਤਲਬ ਅਮੇਜ਼ਿੰਗ ਆ ਯਾਰ। ਭਰਾ ਨੂੰ ਪਿਆਰ ਦਈਓ ਵੱਧ ਤੋਂ ਵੱਧ, ਅਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਈਓ, ਕਿਉਂਕਿ ਭਰਾ ਨੇ ਜਿਹੜੀ ਚੀਜ਼ ਲੈ ਆਉਂਦੀ ਨਾ ਆਪਣੇ ਅੱਗੇ ਪੇਸ਼ ਕਰਤੀ ਅੱਜ, ਬਹੁਤ ਅਮੇਜ਼ਿੰਗ ਸੀਗਾ। ਅਤੇ ਇਹ ਸਾਰੀ, ਮਤਲਬ
जिहड़े तुहानूं रेट इत्थे दस्से जाणगे कुछ कुछ चीज़ां दे फिक्स नहीं होण वाले, उहदे च भरा तुहानूं मान भी जरूर करूगा, पूरा मान करी भरा साडी वीडियो देख के। तो चक लो फोन तो भरा कर लो तंग, क्योंकि आप तंग करने वास्ते वीडियो बना रहे हैं। भरा फोन करो तो वो तो व्यार दो, वो तो भाजी को रेट पुछो, जिड़ी भी चीज़ तुम्हें चाहिए सारी अवेलेबल है। अमेजिंग है यार, देखो कर्व वाले भी, जो कर्व नाल जो स्पिनर बंदे वो भी इतने पे है, सीधे वाले भी पे है, मतलब अमेजिंग वर्क है यार। मज़ा आ गया आपां, बहुत प्यारा लगा। तो आप हम चलते हैं ट्रैक्टर वाल, जो ट्रैक्टर भरा मेरा तैयार कर रहा है। भाजी आप प्राइस दस दिता से जी फोर्ड की जली वाला, ਫੋਰ ਦੀ ਜਲੀ ਹੋਊਗੀ ਭਾਜੀ ਘੱਟ ਤੋਂ ਘੱਟ 3500 ਦੇ ਵਿੱਚ ਵਾਜੋ, 3500-4000 ਦੇ ਵਿੱਚ ਵਾਜੋ ਭਾਜੀ। 3500 ਦੇ ਆਸ ਪਾਸ ਤੁਹਾਨੂੰ ਫੋਰ ਦੀ ਜਾਲੀ ਮਿਲ ਜਾਏਗੀ, ਜਾਂ ਕਿਸੇ ਹੋਰ ਟਰੈਕਟਰ ਦੀ ਵੀ ਬਣ ਸਕਦੀ ਹੈ ਜੇ ਆਪਾਂ ਬਣਵਾਉਣੀ ਹੋਵੇ ਤੇ। ਹਾਂਜੀ ਜਿਹੜੇ ਮਰਜ਼ੀ ਟਰੈਕਟਰ ਦੀ, ਜਿਹੜੇ ਮਰਜ਼ੀ ਟਰੈਕਟਰ ਦੀ ਬਣਵਾ ਲਈਏ ਹਨਾ, ਬਣ ਜਾਏਗੀ। ਤੇ ਹਰ ਤਰ੍ਹਾਂ ਦੀ ਬਾਰ ਲਾਈਟ ਵੀ ਅਵੇਲੇਬਲ ਆਪਣੇ ਕੋਲ। ਤੇ ਆਓ ਚੱਲਦੇ ਹਾਂ ਹੁਣ ਟਰੈਕਟਰ ਵਾਲੇ ਪਾਸੇ, ਜਿੱਧਰ ਕਿ ਟਰੈਕਟਰ ਤਿਆਰ ਕਰ ਰਿਹਾ ਮੇਰਾ ਭਰਾ, ਜਿਹਦੇ 'ਚ ਸਮਾਨ ਲੱਗ ਚੁੱਕਾ ਵਾ, ਇੱਕ ਸਪਿਨਰ ਹੀ ਲੱਗਾ ਅਜੇ, ਸਮਾਨ ਸਾਰਾ ਤਿਆਰ ਹੋ ਰਿਹਾ। ਤੇ ਆਓ ਦੇਖੀਏ ਪਹਿਲੇ ਫਿੱਟ ਹੋਇਆ ਟਰੈਕਟਰ ਨੂੰ ਕਿੱਦਾਂ ਦਾ ਜੱਚਦਾ। ਤੇ ਆਹ ਦੇਖ ਸਕਦੇ ਹੋ ਤੁਸੀਂ, ਸਵਰਾਜ ਨੂੰ ਫਿੱਟ ਹੋ ਰਿਹਾ ਤੇ ਆਹ ਮੇਰੇ ਵੀਰ ਨੇ ਘੁਮਾਇਆ ਵਾ ਸਪਿਨਰ, ਘੁੰਮਦਾ ਹੋਇਆ ਵੀ ਵਧੀਆ ਲੱਗ ਰਿਹਾ ਔਰ ਖੜਾ ਟਰੈਕਟਰ ਵੀ ਵਧੀਆ ਲੱਗ ਰਿਹਾ। ਔਰ ਫਿਨਿਸ਼ ਦੀ ਗਰੰਟੀ, ਮਤਲਬ ਮੈਂ ਲੈਣ ਨੂੰ ਤਿਆਰ ਬੈਠਾ ਯਾਰ, ਕਿ ਜੋ ਮੈਨੂੰ ਉੱਥੇ ਦੇਖਣ ਨੂੰ ਮਿਲ ਰਹੀ ਹੈ ਫਿਨਿਸ਼ ਦੀ ਕੁਆਲਿਟੀ ਬਹੁਤ ਜ਼ਬਰਦਸਤ ਹੈ, ਬਿਲਕੁਲ ਸ਼ੀਸ਼ਾ ਚਮਕ ਰਿਹਾ, ਕੁਆਲਿਟੀ ਬਹੁਤ ਜ਼ਬਰਦਸਤ ਹੈ। ਅਤੇ ਇਹ ਸਵਰਾਜ 855 ਖੜਾ ਮਹਾਰਾਜ, ਇਹ ਹਜੇ ਤਿਆਰ ਹੋ ਰਿਹਾ ਅਤੇ ਇਹਦੀ ਵੀਡੀਓ ਸਭ ਤੋਂ ਪਹਿਲੇ ਆਪਾਂ ਮੋਡੀਫਾਈਡ ਕਲੱਬ 'ਤੇ ਲੈ ਕੇ ਆਉਣੀ ਹੈ ਭਾਜੀ, ਜ਼ਰੂਰ ਕਰਵਾਵਾਂਗੇ ਆਪਾਂ। ਕਿੰਨੇ ਕੁ ਦਿਨ 'ਚ? ਬਸ ਭਾਜੀ 2-3 ਦਿਨ ਹੀ ਕਰ ਦਿੰਦੇ ਹਾਂ। ਮੇਰੇ ਆਪਾਂ ਔਨਲਾਈਨ ਕੈਮਰੇ 'ਚ ਗੱਲ ਕਰ ਰਹੇ, ਇੱਕ ਦਿਨ ਫਿਕਸ ਦੱਸਦੇ ਸਾਨੂੰ ਕਿੰਨੇ ਦਿਨਾਂ ਬਾਅਦ? 5 ਕੁ ਦਿਨਾਂ 'ਚ ਭਾਜੀ ਰੈਡੀ ਕਰ ਦਾਂਗੇ। 5 ਕੁ ਦਿਨਾਂ ਬਾਅਦ ਤੁਹਾਨੂੰ ਇਹਦੀ ਵੀਡੀਓ ਦੇਖਣ ਨੂੰ ਮਿਲਣ ਵਾਲੀ ਹੈ। ਅਤੇ ਇਹ ਭਰਾ ਦੀ ਦੁਕਾਨ ਹੈ, ਦਾ ਟਰੈਕਟਰ ਕਿੰਗ ਦੇ ਨਾਮ 'ਤੇ। ਨੰਬਰ ਤੁਸੀਂ ਨੋਟ ਕਰ ਲਓ, ਥੱਲੇ ਨਜ਼ਰ ਵੀ ਆ ਰਹੇ ਹੋਣੇ ਆ, ਅਤੇ ਪੂਰੇ ਨੋਟ ਕਰ ਲਓ ਨੰਬਰ। ਅਤੇ ਛੱਤਰੀਆਂ ਭਾਜੀ ਕੋਲ ਫਾਈਬਰ ਹੁੱਡ ਜਿਹੜੀਆਂ ਨੇ, ਇਹ ਇੱਦਾਂ ਵੀ ਮਿਲ ਜਾਣਗੀਆਂ ਅਤੇ ਡਾਊਨ ਸੀਲਿੰਗ ਕਰਕੇ ਵੀ ਮਿਲ ਜਾਣਗੀਆਂ। ਅਤੇ ਚੱਕ ਲਓ ਫੋਨ ਯਾਰ, ਹੁਣ ਤੁਸੀਂ ਇਹ ਦੇਖੋ ਜੀ ਇੱਥੇ ਕੀ ਲਿਖਿਆ, ਇੱਥੇ ਹਰ ਤਰ੍ਹਾਂ ਦੇ ਟਰੈਕਟਰ ਸਭ ਤੋਂ ਘੱਟ ਰੇਟਾਂ 'ਤੇ ਮੋਡੀਫਾਈ ਕੀਤੇ ਜਾਂਦੇ ਨੇ। ਅਤੇ ਮਤਲਬ ਇਹ ਸੱਚਾਈ ਆ, ਕਿਉਂਕਿ ਭਰਾ ਜਿਹੜਾ ਨਾ ਸਾਰਾ ਕੰਮ ਆਪਣੇ ਹੱਥੀਂ ਕਰਕੇ ਸਾਰਾ ਆਪ ਸਮਾਨ ਤਿਆਰ ਕਰਕੇ, ਭਰਾ ਮਜ਼ਾ ਆਇਆ, ਮਿਲ ਕੇ ਵੀ ਮਜ਼ਾ ਆਇਆ ਅਤੇ ਉੱਦਾਂ ਵੀ ਕੰਮ ਦੇਖ ਕੇ ਵੀ ਮਜ਼ਾ ਆਇਆ। ਭਰਾ ਨੂੰ ਮੈਂ ਕਹੂੰਗਾ ਸਾਡੇ ਦੋਸਤਾਂ ਲਈ ਇੱਕ ਵਾਰੀ ਆਪਣਾ ਨੰਬਰ ਫਿਰ ਤੋਂ ਦੁਬਾਰਾ ਤੋਂ ਦੱਸ ਦਿਓ। ਨੰਬਰ ਹੈਗਾ ਭਾਜੀ 96537-61-85, ਦੂਜਾ ਹੈਗਾ ਜੀ ਭਾਜੀ 78885 ਅਤੇ 090-50 090-50। ਤੇ ਇਹ ਨੰਬਰ ਨੋਟ ਕਰ ਲਓ ਭਰਾ, ਤੂੰ ਤੁਹਾਡੀ ਕੋਈ ਇੰਸਟਾਗ੍ਰਾਮ ਆਈਡੀ ਵੀ ਹੈਗੀ ਆ? ਹਾਂਜੀ ਹਾਂਜੀ ਭਾਜੀ, ਟਰੈਕਟਰ ਕਿੰਗ ਆ ਭਾਜੀ, ਟਰੈਕਟਰ ਕਿੰਗ ਦੇ ਨਾਮ 'ਤੇ। ਅਤੇ ਇੱਦਾਂ ਟਰੈਕਟਰ ਕਿੰਗ ਭਰਾ ਨੇ ਨਾਮ ਰੱਖਿਆ, ਅਤੇ ਸੀਰੀਅਸਲੀ ਟਰੈਕਟਰ ਕਿੰਗ ਹੀ ਭਰਾ ਇੱਥੇ ਬਣ ਕੇ ਬੈਠਿਆ, ਕਿਉਂਕਿ ਜੋ ਕਰੋਮ ਦੀ ਅਸੈਸਰੀ ਭਰਾ ਨੇ ਜਾਇਜ਼ ਰੇਟ 'ਚ ਤੁਹਾਨੂੰ ਮਿਲੂਗੀ। ਇਹ ਗੱਲ ਦੀ ਗਰੰਟੀ ਹੈ ਪੂਰੀ ਕਿ ਬਿਲਕੁਲ ਵਧੀਆ ਕੁਆਲਿਟੀ 'ਚ ਅਤੇ ਜਾਇਜ਼ ਰੇਟ 'ਤੇ ਤੁਹਾਨੂੰ ਮਿਲਣ ਵਾਲੀ ਹੈ। ਜਿਹੜੀ ਸਾਡੀ ਇੰਸਟਾਗ੍ਰਾਮ ਆਈਡੀ ਹੈ modified_club2020, ਉਹਨੂੰ ਵੀ ਜਾ ਕੇ ਜਲਦੀ ਜਲਦੀ ਕਰ ਲਓ ਫੋਲੋ। ਅਤੇ ਇੱਕ ਵਾਰ ਮੈਂ ਤੁਹਾਨੂੰ ਫਿਰ ਅੰਦਰ ਤੋਂ ਥੋੜ੍ਹੀ ਜਿਹੀ ਨਜ਼ਰ ਮਰਵਾਉਣਾ ਭਰਾ ਦੇ ਦੁਕਾਨ ਦੀ। ਅਤੇ ਇਹ ਭਰਾ ਦਾ ਬੋਰਡ ਹੈ ਬਾਹਰ, ਤੁਸੀਂ ਆਓਗੇ ਭਰਾ, ਏਰੀਆ ਕਿਹੜਾ ਪੈਂਦਾ ਆਪਣਾ? ਆਪਣਾ ਭਾਜੀ ਰਾਏਕੋਟ ਪੈਂਦਾ, ਉਧਰੋਂ ਬਰਨਾਲਾ ਪੈਂਦਾ ਜੀ। ਰਾਏਕੋਟ ਅਤੇ ਬਰਨਾਲਾ, ਆਪਣਾ ਐਗਜੈਕਟ ਐਡਰੈਸ ਕੀ ਪੈਂਦਾ? ਆਪਣਾ ਮਹਿਲ ਕਲਾਂ ਭਾਜੀ, ਮਹਿਲ ਕਲਾਂ ਮਹਿਲ ਕਲਾਂ ਤੁਸੀਂ ਪਹੁੰਚ ਸਕਦੇ ਹੋ ਟਰੈਕਟਰ ਕਿੰਗ ਦੇ ਨਾਮ ਦਾ। ਇਹ ਬੋਰਡ ਤੁਸੀਂ ਦੇਖਣਾ ਅਤੇ ਉਸ ਦੁਕਾਨ ਦੇ ਅੰਦਰ ਤੁਸੀਂ ਜਾਣਾ, ਅਤੇ ਜਿੱਥੇ ਤੁਹਾਨੂੰ ਇੰਨੀ ਸਾਰੀ ਵਰਾਇਟੀ ਮਿਲਣ ਵਾਲੀ ਹੈ, ਤੁਸੀਂ ਦੇਖ ਸਕਦੇ ਹੋ, ਇਹ ਚੈੱਕ ਕਰ ਸਕਦੇ ਹੋ ਸਾਰੀ ਛੋਟੀ ਅਸੈਸਰੀ ਕਰੋਮ ਦੀ। ਅਤੇ ਇਹ ਜਿਹੜੇ ਤੁਹਾਨੂੰ ਬੰਪਰ 'ਤੇ ਲਗਾਉਣ ਲਈ ਸਕੋਰਪੀਓ ਬਿੱਛੂ, ਅਤੇ ਇਹਦੇ 'ਚ ਹੋਰ ਡਿਜ਼ਾਈਨ ਵੀ ਮਿਲ ਜਾਣਗੇ। ਅਤੇ ਫੋਰਡ ਦੀਆਂ ਜਿਹੜੀਆਂ ਫਰੰਟ ਜਾਲੀਆਂ, ਇਹ ਬਾਕੀ ਟਰੈਕਟਰ ਦੀਆਂ ਵੀ ਫਰੰਟ ਜਾਲੀਆਂ ਤੁਹਾਨੂੰ ਕਰੋਮ ਦੇ ਵਿੱਚ ਹੀ ਮਿਲਣ ਵਾਲੀਆਂ ਨੇ। ਸਪਿਨਰ ਸਾਰੇ ਦੇਖ ਸਕਦੇ ਹੋ, ਬਹੁਤ ਹੀ ਬਹੁਤ ਸਾਰੀ ਵਰਾਇਟੀ ਹੈ ਸਪਿਨਰ ਦੇ ਵਿੱਚ, ਮਜ਼ਾ ਆ ਗਿਆ। ਅਤੇ ਇਹ ਦੇਖੋ ਜੀ, ਜਿਹੜੀ ਮੇਨ ਚੀਜ਼ ਹੈ ਅੱਜ ਦੀ, ਜਿਹੜੀ ਅਸੀਂ ਅੱਜ ਮਤਲਬ ਮੋਡੀਫਾਈਡ ਕਲੱਬ ਵੱਲੋਂ ਲਾਂਚ ਕੀਤੀ ਗਈ ਹੈ, ਉਹ ਤੁਸੀਂ ਚੈੱਕ ਕਰ ਸਕਦੇ ਹੋ ਅਮੇਜ਼ਿੰਗ ਵਰਕ ਦੇ ਨਾਲ। ਅਤੇ ਬਹੁਤ ਹੀ ਪਿਆਰਾ ਅਤੇ ਬਹੁਤ ਹੀ ਸੋਹਣਾ ਕੰਮ। ਪਿਛਲੇ ਰਿਮ ਤੁਸੀਂ ਦੇਖ ਸਕਦੇ ਹੋ ਜਿਹੜੇ ਕਰੋਮ ਕੀਤੇ ਗਏ, ਅਤੇ ਡਾਊਨ ਸੀਲਿੰਗ ਜਿਹਦੇ 'ਚ ਸੰਤ ਜੀ ਦੀ ਫੋਟੋ ਲੱਗੀ ਹੈ। ਅਤੇ ਇੱਕ ਛੋਟੀ ਜਿਹੀ ਗੱਲ ਹੋਰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ ਕਿ ਭਰਾ ਕੋਲ ਨਾ ਜਿਹੜੇ ਸਾਰੇ ਸਾਊਂਡ ਸਿਸਟਮ ਵੀ ਹੁੰਦੇ ਨੇ, ਜਿਹੜੇ ਦੇਸੀ ਵਾਲੇ ਅਸੀਂ ਕਹਿੰਦੇ ਹਾਂ, ਜਿਹੜੇ ਆਪ ਅਸੈਂਬਲ ਕਰਕੇ ਲਗਾਉਂਦਾ ਭਰਾ ਮੇਰਾ, ਵੀਰੇ ਸਾਰੇ ਆਪ ਅਸੈਂਬਲ ਕਰਦੇ ਹੋ? ਜੇ ਕੰਪਨੀ ਦਾ ਵੀ ਵੀਰਾ ਕੰਮ ਕਰਦਾ, ਜੇ ਤੁਸੀਂ ਅਸੈਂਬਲਡ ਵੀਰ ਵੱਲੋਂ ਲਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਵਾ ਸਕਦੇ ਹੋ, ਜੇ ਤੁਸੀਂ ਕੰਪਨੀ ਵੱਲੋਂ ਲਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਵਾ ਸਕਦੇ ਹੋ, ਚੁਆਇਸ ਤੁਹਾਡੀ ਰਹੇਗੀ। ਜਿੱਦਾਂ ਦਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉੱਦਾਂ ਦਾ ਹੋਜੇਗਾ, ਜਿੰਨਾ ਧਮਾਕਾ ਵਜਾਉਣਾ ਚਾਹੁੰਦੇ ਹੋ ਸਿਸਟਮ ਦਾ ਉਹ ਵੀ ਵੱਜੇਗਾ, ਪੱਕੀ ਗੱਲ ਆ। ਆਪਾਂ ਵੀਰੇ HID ਲਾਈਟਾਂ ਦੇਖ ਸਕਦੇ, ਇਹਨਾਂ ਦਾ ਰੇਟ ਥੋੜ੍ਹਾ ਜਿਹਾ ਦੱਸ ਦਾਂਗੇ ਆਪਾਂ। ਰੇਟ ਵੀ ਹੋਊਗਾ 3200 ਰੁਪਇਆ HID ਲਾਈਟ ਦਾ। ਜਿਹੜੇ ਕਿੰਨੇ ਇੰਚ ਵਾਲੀ ਹੁੰਦੀ ਹੈ? 9 ਇੰਚ ਵਾਲੀ ਲਾਈਟ ਦਾ 3200। ਭਾਜੀ ਜਿਹੜੇ ਹੈਂਡਲ ਹੈ 1 AM ਵਾਲੇ ਪਏ ਆ, ਮੈਂ ਦੇਖ ਸਕਦਾ ਇਹਦਾ ਕਿੰਨਾ ਕੁ ਪ੍ਰਾਈਸ ਹੋਊਗਾ? ਬਸ 550 ਦਾ ਜੋੜਾ, ਇੱਕ ਜੋੜਾ 550 ਰੁਪਏ ਦਾ। ਅਤੇ ਦੇਖ ਸਕਦੇ ਹੋ ਪ੍ਰੈਸ਼ਰ ਹੋਰਨ ਵੀ ਇੱਥੇ ਪਏ, ਮੈਂ ਜਿੰਨੀ ਕੁ ਵਾਰੀ ਨਜ਼ਰ ਘੁੰਮਾਈ ਜਾਊਂਗਾ ਨਾ, ਅਤੇ ਇਹ ਵੀਡੀਓ ਨੇ ਅੱਗੇ ਅੱਗੇ ਵਧੀ ਜਾਣਾ, ਕਿਉਂਕਿ ਇਹ ਵਰਾਇਟੀ ਖਤਮ ਨਹੀਂ ਹੋਣ ਵਾਲੀ। ਵਰਾਇਟੀ ਭਰਾ ਕੋਲ ਬਹੁਤ 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 ਸਾਰੀ ਹੈ। ਇਹ ਸਿਰਫ ਇੱਕ ਸੈਂਪਲ ਸੀਗਾ, ਕੁਛ ਜਿਹੜਾ ਇੱਥੇ ਪਿਆ ਭਾਜੀ ਦਾ ਗਡਾਊਨ 'ਚ ਹੋਰ ਵੀ ਮਾਲ ਬਥੇਰਾ ਪਿਆ, ਅਤੇ ਆਪਾਂ ਉਹ ਵੀ ਕਿਸੇ ਦਿਨ ਹੋਰ ਵੀਡੀਓ ਲੈ ਕੇ ਪਾਰਟ 2 'ਚ ਸ਼ੇਅਰ ਕਰਾਂਗੇ। ਅਤੇ ਅੱਜ ਇਜਾਜ਼ਤ ਦਿਓ ਸਾਨੂੰ, ਅੱਜ ਮਿਲਦੇ ਹਾਂ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ, ਚੱਕ ਦਈਏ ਫੱਟੇ ਫਿਰ। ਤਾਂ ਲਓ ਜੀ, ਤੁਸੀਂ ਵੀਡੀਓ ਜਿਸ ਦਿਨ ਦੇਖ ਰਹੇ ਹੋ, ਅਤੇ ਭਾਜੀ ਨੂੰ ਵੱਧ ਤੋਂ ਵੱਧ ਪਿਆਰ ਦਈਓ, ਅਤੇ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ
तो मिलते हैं कल फिर एक नवी वीडियो के नाल। टिल दैन टेक केयर, गुड बाय। अपना ध्यान रखियो सारे मिलकर।